ਸ਼ਹਿਰ ਦੇ ਵਾਰਡ ਨੰਬਰ 50 ਤੋਂ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਦਾ ਸ਼ਨੀਵਾਰ ਦੇਰ ਸ਼ਾਮ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਤੇ ਪੁਲਿਸ ਦੀ ਭੂਮਿਕਾ ਤੇ ਸਵਾਲ ਉੱਠ ਰਹੇ ਨੇ। ਮ੍ਰਿਤਕ ਪਹਿਲਵਾਨ ਕੈਬਿਨੇਟ ਮੰਤਰੀ ਓਪੀ ਸੋਨੀ ਦੀ ਸੱਜੀ ਬਾਂਹ ਦੱਸਿਆ ਜਾਂਦਾ ਹੈ। ਇਸ ਲਈ ਇਹ ਮਾਮਲਾ ਹੋਰ ਵੀ ਸੰਗੀਨ ਹੋ ਜਾਂਦਾ ਹੈ ਕਿ ਜਿਸ ਸਮੇਂ ਸ਼ਹਿਰ ਵਿੱਚ ਸਖਤ ਸੁਰੱਖਿਆ ਪ੍ਰਬੰਧ ਹਨ ਉਸ ਸਮੇਂ ਇੰਨੀ ਵੱਡੀ ਵਾਰਦਾਤ ਹੋ ਗਈ। ਸਕੂਲ ਸਿੱਖਿਆ ਮੰਤਰੀ ਓਪੀ ਸੋਨੀ ਨੇ ਆਪਣੇ ਖਾਸ ਕੌਂਸਲਰ ਦਾ ਕਤਲ ਹੋ ਜਾਣ ਤੇ ਪੁਲਿਸ ਦੀ ਖੂਬ ਲਾਪਤ ਕੀਤੀ। ਮੰਤਰੀ ਪੁਲਿਸ ਨੂੰ ਪੂਰੀ ਤਰ੍ਹਾਂ ਫੇਲ ਕਰਾਰ ਦਿੱਤਾ। ਸੋਨੀ ਨਾਲ ਮੌਕੇ ਤੇ ਪਹੁੰਚੇ ਕਾਂਗਰਸੀ ਵਿਧਾਇਕ ਡਾਕਟਰ ਰਾਜ ਕੁਮਾਰ ਵੇਦਕਾ ਨੇ ਵੀ ਇੰਨੀ ਸੁਰੱਖਿਆ ਹੋਣ ਦੇ ਬਾਵਜੂਦ ਸ਼ਰੇਆਮ ਕਾਂਗਰਸੀ ਕੌਂਸਲਰ ਦਾ ਕਤਲ ਹੋਣ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ। ਉਧਰ ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਇਹ ਕਾਰਾ ਜੱਗੂ ਭਗਵਾਨਪੁਰੀਆ ਗੈਂਗ ਦਾ ਹੈ। ਅੰਮ੍ਰਿਤਸਰ ਦੇ ਕਮਿਸ਼ਨਰ SS ਸ਼੍ਰੀਵਾਸਤਵ ਨੇ ਕਿਹਾ ਕਿ CCTV ਫੁਟੇਜ ਖੰਗਾਲੀ ਜਾ ਰਹੀ ਹੈ, ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਕੌਂਸਲਰ ਗੁਰਦੀਪ ਸਿੰਘ ਨੂੰ ਉਸ ਸਮੇਂ ਗੋਲੀਆਂ ਮਾਰੀਆਂ ਗਈਆਂ ਜਦੋਂ ਗੋਲਬਾਗ ਸਥਿਤ ਅਖਾੜੇ ਵਿੱਚ ਨਹਾਉਣ ਗਏ ਸਨ। ਮ੍ਰਿਤਕ ਗੁਰਦੀਪ ਦੀ ਹਿੱਕ ਵਿੱਚ 3 ਤੋਂ 4 ਗੋਲੀਆਂ ਮਾਰੀਆਂ ਗਈਆਂ ਜਿਸ ਕਾਰਨ ਕੌਂਸਲਰ ਦੀ ਮੌਕੇ ਤੇ ਹੀ ਮੌਤ ਹੋ ਗਈ। ਬਿਊਰੋ ਰਿਪੋਰਟ ਦਿਵਿਆ। ਚੁਣਿਆ ਹੋਇਆ ਨੁਮਾਇੰਦਾ ਇਸ ਤਰ੍ਹਾਂ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਏ ਸਰਕਾਰ ਦੇ ਲਈ ਬਹੁਤ ਵੱਡਾ ਸੰਜੀਦਗੀ ਭਰਿਆ ਚਿੰਤਨ ਦਾ ਵਿਸ਼ਾ ਹੈ। ਅਗਰ ਤੁਸੀਂ ਪਿਛਲੇ 10 ਸਾਲ ਦੇਖੋ, ਪਿਛਲੀ ਸਰਕਾਰ ਦੇ ਦੌਰਾਨ ਪਿਛਲੀ ਸਰਕਾਰ ਗੈਂਗਸਟਰਾਂ ਦੀ ਪਨਾਹਗਾਰ ਬਣ ਗਈ ਸੀ। ਕਿੰਨੇ ਨਾਂ ਤੁਹਾਨੂੰ ਮੈਂ ਲੈ ਕੇ ਦਿੰਦਾ ਕਿ ਉਹ ਜੇਲ੍ਹਾਂ ਦੇ ਵਿੱਚ 2G ਜੈਮਰ ਲੱਗੇ ਹੁੰਦੇ ਸੀ ਅਤੇ ਫੋਨ ਉਹਨਾਂ ਕੋਲ 4G ਹੁੰਦੇ ਸੀ, ਉੱਥੋਂ ਗੈਂਗਸਟਰ ਓਪਰੇਟ ਕਰਦੇ ਸੀ। ਅੱਜ ਵੀ ਉਹ ਪੂਰੀ ਤਰ੍ਹਾਂ ਤੋੜਿਆ ਨਹੀਂ ਗਿਆ, ਲੇਕਿਨ ਸੁਖਜਿੰਦਰ ਸਿੰਘ ਰੰਧਾਵਾ ਜੀ ਦੇ ਆਉਣ ਦੇ ਨਾਲ, ਕੈਪਟਨ ਸਾਹਿਬ ਬੜੇ ਮਕਸਦ ਦੇ ਨਾਲ, ਕੌਂਸਟੈਂਸੀ ਆਫ ਪਰਪਸ ਦੇ ਨਾਲ ਇਹ ਜਿਹੜਾ ਨੈਕਸਸ ਹੈ ਇਹਨੂੰ ਤੋੜਨ ਦਾ ਪ੍ਰਯਾਸ ਕਰ ਰਹੇ ਆ। ਔਰ ਤੁਸੀਂ ਦੇਖਿਆ ਹੋਊਗਾ ਕਿ ਪਿਛਲੇ 5-4 ਮਹੀਨਿਆਂ ਤੋਂ ਇੱਕ ਭੈ ਮੁਕਤ ਪੰਜਾਬ ਪਨਪ ਰਿਹਾ ਸੀ, ਲੇਕਿਨ ਇਹ ਮਤਲਬ 100 ਮਣ ਦੁੱਧ ਦੇ ਵਿੱਚ ਖੱਟੇ ਦੀ ਇੱਕ ਬੂੰਦ ਪਾ ਦਿਓ ਅਤੇ ਸਾਰਾ ਪਾਟ ਜਾਂਦਾ। ਜਿਸ ਤਰ੍ਹਾਂ ਉਹ ਸਾਰਾ ਅੱਛਾ ਸੰਕੇਤ, ਅੱਛਾ ਮੈਸੇਜ ਸਾਰੇ ਪੰਜਾਬ 'ਚ ਜਾ ਰਿਹਾ ਸੀਗਾ, ਹੁਣ ਇੱਕੋ ਦਮ ਸਾਰਾ ਅੰਮ੍ਰਿਤਸਰ ਸਹਿਮ ਗਿਆ। ਇਸ ਕਰਕੇ ਜਿਹੜਾ ਇਹ ਸੇਫ ਹੈਵਨ ਪਿਛਲੀ ਸਰਕਾਰ ਨੇ ਗੈਂਗਸਟਰਾਂ ਲਈ ਕ੍ਰੀਏਟ ਕਰ ਦਿੱਤੇ ਸੀ, ਜੇਲ੍ਹਾਂ ਬਰੀਡਿੰਗ ਗਰਾਊਂਡਸ ਬਣ ਚੁੱਕੀਆਂ ਨੇ। ਇਸ ਕਰਕੇ ਮੈਨੂੰ ਲੱਗਦਾ ਕਿ ਬਾਹਰੋਂ ਅਸੀਂ ਸਪੋਰਟ ਮੰਗ ਰਹੇ ਹਾਂ, ਪਰ ਕਿੰਨੇ ਵੀ ਪੈਸੇ ਲੱਗਣ, ਮੈਨੂੰ ਲੱਗਦਾ ਜੈਮਰ ਲਾਏ ਜਾਣ ਔਰ ਇੱਥੇ ਹੀ ਇਹ ਪਲੱਗ ਇਨ ਕਰਕੇ ਇਹ ਪੂਰਨ ਵਿਰਾਮ ਲਾਇਆ ਜਾਏ, ਇਹ ਰੋਕਥਾਮ ਕੀਤੀ ਜਾਵੇ ਔਰ ਸਖਤ ਕਾਰਵਾਈ ਦੀ ਜ਼ਰੂਰਤ ਹੈ, ਕਿਉਂਕਿ ਮੈਸੇਜ ਬੜਾ ਖਰਾਬ ਗਿਆ ਕਿ ਸਾਰਾ ਸ਼ਹਿਰ ਇੱਕ ਛਾਵਣੀ ਦੀ ਤਰ੍ਹਾਂ ਤਬਦੀਲ ਸੀ ਔਰ ਇਹਦੇ ਬਾਵਜੂਦ ਵੀ ਇੱਕ ਚੁਣੇ ਨੁਮਾਇੰਦੇ ਦੇ ਗੋਲੀਆਂ ਮਾਰ ਕੇ ਪੈਦਲ ਤੁਰ ਕੇ ਬੰਦੇ ਚਲੇ ਜਾਣ, ਇਹ ਚੰਗੇ ਸੰਕੇਤ ਨਹੀਂ। ਇਸ ਕਰਕੇ ਵੇਕਅਪ ਕਾਲ ਹੈ ਸਰਕਾਰ ਦੇ ਲਈ, ਜਾਗਣ ਦਾ ਸੰਕੇਤ ਹੈ, ਖਤਰੇ ਦਾ ਘੁੱਗੂ ਹੈ। ਪੁਲਿਸ ਜਾਗ ਚੁੱਕੀ ਹੈ ਔਰ ਪੁਲਿਸ ਸਤਰਕ ਵੀ ਹੋ ਚੁੱਕੀ ਹੈ। ਮੈਨੂੰ ਲੱਗਦਾ ਕਿ ਇਹਦੀ ਭਰਪਾਈ ਤਾਂ ਕੋਈ ਨਹੀਂ ਕਰ ਸਕਦਾ, ਜਾਨ ਜਦੋਂ ਜਾਂਦੀ ਹੈ ਅਤੇ ਜਾਨ ਨਾਲੋਂ ਅਨਮੋਲ ਇਸ ਧਰਤੀ ਦੇ ਉੱਤੇ ਕੁਛ ਵੀ ਨਹੀਂ ਕਰ। ਇਹੋ ਜਿਹੀਆਂ ਗੱਲਾਂ ਦੇ ਉੱਤੇ ਰਾਜਨੀਤੀ ਨਹੀਂ ਸਾਂਪਲਾ ਸਾਹਿਬ ਨੂੰ ਕਰਨੀ ਚਾਹੀਦੀ, ਕਿਉਂਕਿ ਇਹ ਸਾਂਪਲਾ ਸਾਹਿਬ ਨੂੰ ਸਮਝਣਾ ਚਾਹੀਦਾ ਕਿ ਜਿਹੜੇ 10 ਸਾਲ ਤੁਹਾਡੇ ਕੋਲ ਰਹੇ ਉਹਦੀ ਬਦੌਲਤ ਹੀ ਜਿਹੜਾ ਨੌਜਵਾਨ ਬੇਰੁਜ਼ਗਾਰ ਰਿਹਾ, ਨੌਜਵਾਨਾਂ ਨੂੰ ਤੁਸੀਂ ਇਲੈਕਸ਼ਨਾਂ ਦੇ ਵਿੱਚ ਵਰਤਦੇ ਰਹੇ ਅਕਾਲੀ ਦਲ ਵਾਲੇ ਗਲਤ ਤਰੀਕੇ ਦੇ ਨਾਲ, ਉਹਨਾਂ ਵਿਚਾਰੇ ਜਿਹੜੇ ਘਰਾਂ ਦੇ ਵਿੱਚ ਬੇਰੁਜ਼ਗਾਰ ਸਨ ਉਹਨਾਂ ਨੂੰ ਤੁਸੀਂ ਯੂਜ਼ ਕਰਦੇ ਰਹੇ। ਇਹ ਤੁਹਾਡੀਆਂ ਇਹ ਬੀਜੇ ਜਿਹੜੇ ਕੰਡੇ ਆ ਸਾਡੇ ਵੀ ਚੁੱਭ ਰਹੇ ਨੇ ਔਰ ਪਬਲਿਕ ਨੂੰ ਵੀ ਚੁੱਭ ਰਹੇ ਨੇ। ਬਹੁਤ ਮੰਦਭਾਗੀ ਘਟਨਾ ਹੋਈ ਆ ਔਰ ਕੋਈ ਸ਼ੱਕ ਨਹੀਂ ਕਿ ਇਹ ਪਿਛਲੇ ਇਹਨਾਂ ਦਾ ਮੇਰਾ ਕਾਫੀ ਦਿਨਾਂ ਚਿਰ ਦਾ ਹੀ ਆਪਸ 'ਚ ਚੱਲ ਰਿਹਾ ਸੀ ਅਤੇ ਕੁਤਾਹੀ ਹੋਈ ਹੈ ਇਸ ਗੱਲ ਦੇ ਵਿੱਚ। ਬਿਲਕੁਲ CM ਸਾਹਿਬ ਨੂੰ ਮਿਲਾਂਗੇ, ਉਹਨਾਂ ਦੇ ਧਿਆਨ 'ਚ ਲਿਆ ਕੇ
ਔਰ ਛੇਤੀ ਤੋਂ ਛੇਤੀ ਜਿਹੜੇ ਵੀ ਦੋਸ਼ੀ ਹੋਣਗੇ ਪਕੜੇ ਜਾਣਗੇ।